ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲਵਾਣਿਆਂ ਵਾਲੀ ਦੇ ਕਿਸਾਨਾਂ ਵੱਲੋਂ ਬਿਜਲੀ ਗ੍ਰਿੱਡ ਦੇ ਮੂਹਰੇ ਰੋਡ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਝੋਨੇ ਦੀ ਲਵਾਈ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੋਣ ਕਾਰਨ ਬਿਜਲੀ ਦੀ 8 ਘੰਟੇ ਸਪਲਾਈ ਜ਼ਰੂਰੀ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੇਤਾਂ ਲਈ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਬੋਰਡ ਦੀ ਜਿਹੜੀ ਅੱਜ ਦੇ ਦਿਨਾਂ 'ਚ ਬੜੀ ਤਕੜੀ ਸਮੱਸਿਆ ਹੈ 3 ਫੇਸ ਲਾਈਟ ਦੀ ਟੂਬਲਾਂ ਵਾਸਤੇ, ਕਿ ਇਸ ਲਵਾਣੇ ਵਾਲੇ ਸਬ ਡਿਵੀਜ਼ਨ ਵਿੱਚ ਕੋਈ SDO ਨਹੀਂ, ਇੱਕ JEE ਹੈ ਜਿਹਦੇ 30-40 ਪਿੰਡ ਚੱਲਦੇ ਨੇ ਅਤੇ ਉਹਦਾ ਕੋਈ ਇੰਤਜ਼ਾਮ ਨਹੀਂ। ਜੇ ਵੀ ਉਹ JEE ਨੂੰ ਪਹਿਲੀ ਗੱਲ ਤਾਂ ਸਾਡਾ ਫੋਨ ਚੁੱਕਣਾ ਵਾਜਬੀ ਕਿਸੇ ਕਿਸਾਨ ਦਾ ਨਹੀਂ ਸਮਝਦਾ, ਪਰ ਜੇ ਉਹ ਚੁੱਕਦਾ ਵੀ ਕਿਸੇ ਦਾ ਤਾਂ ਉਹਨੂੰ ਕਹਿ ਦਿੰਦਾ ਵੀ ਮੇਰੀ ਤਾਂ 9 ਤੋਂ 5 ਡਿਊਟੀ, ਮੈਂ ਕੋਈ ਕੁਛ ਨਹੀਂ ਕਰ ਸਕਦਾ। ਅਸੀਂ ਆਪਦੇ ਉਸ ਮਸਲੇ ਨੂੰ ਲੈ ਕੇ ਬੈਠੇ ਹਾਂ ਕਿ ਤਾਂ ਸਾਨੂੰ ਇੱਥੇ SDO ਦਿੱਤਾ ਜਾਵੇ, ਬਾਕੀ ਕੋਈ JEE ਇਸ JEE ਦੇ ਤਬਾਦਲਾ ਕਰਕੇ ਕੋਈ ਦੋ JEE ਨਵੇਂ ਲਾਏ ਜਾਣ, ਕਿ ਕਿਸਾਨਾਂ ਦੀ ਜਿਹੜੀ ਗੱਲ ਹੈ ਚੱਲਦੀ ਰਹੇ ਮਹਿਕਮੇ ਨਾਲ ਕੀ ਚੱਲਦੀ, ਅਤੇ ਸਪਲਾਈ ਸਾਡੀ ਯਕੀਨੀ ਬਣਾਈ ਜਾਵੇ। 4-5 ਘੰਟੇ ਤੋਂ ਬਾਅਦ ਲਾਈਟ ਨਹੀਂ ਚੱਲ ਰਹੀ ਸੀ ਇੰਨੇ ਔਡ ਦੇ ਬਾਵਜੂਦ ਵੀ। ਬਿਜਲੀ ਦੀ ਕੀ ਮੇਨ ਸਮੱਸਿਆ, ਕਿੰਨੀ ਕੁ ਸਮੱਸਿਆ? ਬਿਜਲੀ ਤਾਂ ਜੇ ਸਰਕਾਰ 8 ਘੰਟਿਆਂ ਦੀ ਤਾਂ ਸਾਡੇ ਕੋਲ 4 ਘੰਟੇ ਪਹੁੰਚਦੀ, ਉਹ ਵੀ ਕੱਟ ਲੱਗ ਲੱਗ ਕੇ ਵਾਰੀ ਵਾਰੀ ਸਟੈਪ ਬਾਈ ਸਟੈਪ, ਕਦੇ ਕਿੱਧਰ ਕੱਟ ਲਈ, ਕਦੇ ਕਿੱਧਰ ਕੱਟਤੀ, ਕਦੇ ਕਿੱਧਰ ਕੱਟਤੀ। ਸਰ ਮੈਨੂੰ ਹੁਣੇ ਪਤਾ ਲੱਗਿਆ, SDO ਸਾਹਿਬ ਨੂੰ ਮੈਂ ਉੱਥੇ ਭੇਜਿਆ ਸੀਗਾ ਵੀ ਮੰਗ ਪੱਤਰ ਲੈ ਲਿਆ ਜਾਵੇ, ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਹਿੰਦੇ ਇੱਥੇ ਕੋਈ SDO ਪੱਕਾ ਲਾਇਆ ਜਾਵੇ, ਵੀ SDO ਦੀ ਪੋਸਟ ਖਾਲੀ ਹੈ ਅਤੇ ਜੇ ਵੀ ਇੱਕ ਹੀ ਆ ਉਹ ਕਹਿੰਦੇ ਵੀ ਇੱਥੇ ਜਿਹੀਆਂ ਜਿਹੜੇ 5 ਪੋਸਟਾਂ ਉਹ ਪੂਰੀਆਂ ਕੀਤੀਆਂ ਜਾਣ, ਅਤੇ ਇਹਦੇ ਬਾਰੇ ਧਰਨ ਲਾਇਆ ਹੋਇਆ ਜੀ। ਕੁਛ ਦਿਨ ਕੱਟ ਜ਼ਰੂਰ ਲੱਗਿਆ ਸੀ, ਤੋਂ ਬਾਅਦ ਵਿੱਚ ਜਿਹੜੀ ਸਪਲਾਈ 8 ਘੰਟੇ ਪੂਰੀ ਕਰ ਦਿੱਤੀ ਜਾਂਦੀ ਸੀ, ਹੁਣ ਉਹ ਕੱਟ ਜਿਹੜੇ ਖਤਮ ਹੋ ਗਿਆ, ਕੋਈ 1-2 ਘੰਟੇ ਤਾਂ ਲੱਗਿਆ ਸੀ, 2-4 ਦਿਨ ਕੋਈ ਪ੍ਰੋਬਲਮ ਸੀ ਪਿੱਛੇ ਸਿਸਟਮ 'ਚ, ਅਤੇ ਹੁਣ ਉਹ ਬਿਲਕੁਲ ਸਪਲਾਈ ਸਹੀ ਮਿਲ ਰਹੀ ਹੈ ਕਿਸਾਨਾਂ ਨੂੰ, ਹੁਣ ਤਾਂ ਵਾਧੂ ਸਪਲਾਈ ਵੀ 8 ਘੰਟੇ ਤੋਂ ਵਾਧੂ ਵੀ ਆ ਰਹੀ ਹੈ ਸਪਲਾਈ, ਉਹ ਵੀ ਦਿੱਤੀ ਜਾ ਰਹੀ ਹੈ।